24 दिसंबर 2021 ਨੂੰ ਸੀਡੀਪੀ ਪੇਪਰ 2 ਜੋ ਹੋਇਆ ਹੈ ਪੀਐਸਟੈਟ ਉਸ ਦੀ ਐਕਸਪੈਕਟਡ ਆਨਸਰ ਕੀ ਜੋ ਹੈ ਮੇਰੇ ਮੁਤਾਬਕ ਪੇਪਰ ਦਾ ਐਨਾਲਿਸਿਸ ਵੱਖਰੇ ਤੌਰ ਤੇ ਕੀਤਾ ਜਾਏਗਾ ਅਸੀਂ ਜਾਣਾਂਗੇ ਕਿ ਅਸੀਂ ਕਿੰਨੇ ਮਹਾਨ ਹਾਂ ਤੇ ਕਿੰਨੇ ਮਹਾਨ ਟੀਚਰ ਚੁਣਨਾ ਚਾਹੁੰਦੇ ਹਾਂ ਤੇ ਕਿੰਨੇ ਮਹਾਨ ਸਾਡੇ ਕੁਐਸਚਨ ਨੇ ਕਿਉਂਕਿ ਡਿਸਟ੍ਰਕਟਰ ਐਨਾਲਿਸਿਸ ਸਾਫ ਦੱਸਦਾ ਹੈ ਕਿ ਕੁਐਸਚਨ ਪੇਪਰ ਬਹੁਤ ਜਲਦੀ ਪਾਇਆ ਗਿਆ ਹੈ ਖੜੇ ਖੜੇ ਪਾਇਆ ਗਿਆ ਹੈ ਐਗਜ਼ਾਮੀਨਰ ਜੋ ਪੇਪਰ ਸੈਟਰ ਨੇ ਉਹ ਬੈਠੇ ਵੀ ਨਹੀਂ ਹੋਣੇ ਖੜੇ ਖੜੇ ਇਸ ਤਰ੍ਹਾਂ ਪਾ ਦਿੱਤਾ ਗਿਆ ਹੈ ਖੈਰ ਤਾਂ ਹੀ ਇੰਨੇ ਮੀਨਿੰਗਲੈਸ ਕੁਐਸਚਨ ਕਈ ਜਗ੍ਹਾ ਦਿਖਾਈ ਦਿੱਤੇ ਗਏ ਹਨ ਫਸਟ ਕੁਐਸਚਨ ਹੈ ਹੂ ਅਮੰਗ ਦ ਫੋਲੋਇੰਗ ਸਪੋਰਟ ਚਾਈਲਡ ਸੈਂਟ੍ਰਿਕ ਐਜੂਕੇਸ਼ਨ ਚਾਈਲਡ ਸੈਂਟ੍ਰਿਕ ਐਜੂਕੇਸ਼ਨ ਦੂਰ ਦੂਰ ਤੱਕ ਇਹਨਾਂ ਦਾ ਕੋਈ ਸੰਬੰਧ ਨਹੀਂ ਹੈ ਰਾਈਟ ਆਨਸਰ ਜੌਨ ਡੇਵੀ ਹੈ ਠੀਕ ਜੌਨ ਡੇਵੀ ਅਸੀਂ ਜਾਣਦੇ ਹਾਂ ਪ੍ਰੋਗਰੈਸਿਵ ਐਜੂਕੇਸ਼ਨ ਹੀ ਚਾਈਲਡ ਸੈਂਟਰਡ ਐਜੂਕੇਸ਼ਨ ਔਰ ਲੈਬੋਰਟਰੀ ਸਕੂਲ ਜਿਹਨਾਂ ਨੇ ਬਣਾਏ ਸੀ ਐਕਸਪੀਰੀਅੰਸ ਲਰਨਿੰਗ ਬੇਸਡ ਨੈਕਸਟ ਕੁਐਸਚਨ ਹੈ ਹੂ ਕੁਆਇਨਡ ਦ ਟਰਮ ਐਰਿਕਸਨ ਸਕਿਨਰ ਦੇਖੋ ਫਰਾਇਡ ਕੋਈ ਲੈਣਾ ਦੇਣਾ ਦਿਖਾਈ ਦੇ ਰਿਹਾ ਹੈ ਬਾਰ ਬਾਰ ਜਦੋਂ ਤਿਆਰੀ ਕਰਦੇ ਸੀ ਸਟਰਨ ਸਾਫ਼ ਆਨਸਰ ਹੈ ਵਿਚ ਆਫ ਦੀ ਫੋਲੋਇੰਗ ਇਜ਼ ਨੋਟ ਗਰੁੱਪ ਟੈਸਟ ਆਫ ਇੰਟੈਲੀਜੈਂਸ ਥੋੜ੍ਹਾ ਅੱਛਾ ਇਹਨੂੰ ਕੁਐਸਚਨ ਕਿਹਾ ਜਾ ਸਕਦਾ ਹੈ ਅੱਛਾ ਕੁਐਸਚਨ ਹੈ ਵਰਲਡ ਵਾਰ ਸੈਕਿੰਡ ਵਿੱਚ ਆਰਮੀ ਅਲਫਾ ਨੋਨ ਵਰਬਲ ਉਸੇ ਦਾ ਆਰਮੀ ਕੈਂਡੀਡੇਟਸ ਲਈ ਮਿਲਟਰੀ ਲਈ ਵਰਲਡ ਵਾਰ 'ਚ ਆਰਮੀ ਬੀਟਾ ਓਕੇ ਖੁਲਮੈਨ ਐਂਡਰਸਨ ਕੇ 12 ਬਾਰਵੀਂ ਤੱਕ ਜਮਾਤ ਲਈ ਤੁਸੀਂ ਦੇਖੋ ਇਹ ਆਰਮੀ ਤੇ ਲੱਗ ਰਿਹਾ ਆਰਮੀ ਤੇ ਲੱਗ ਰਿਹਾ ਹੈ ਬਾਰਵੀਂ ਜਮਾਤ ਤੱਕ ਲੱਗ ਰਿਹਾ ਹੈ ਇੱਥੇ ਪ੍ਰੀ ਸਕੂਲ ਲੱਗ ਰਿਹਾ ਹੈ ਜਦੋਂ ਪ੍ਰੀ ਸਕੂਲ ਲੱਗ ਰਿਹਾ ਹੈ ਤੇ ਛੋਟੇ ਬੱਚਿਆਂ ਤੇ ਉਹ ਟੈਸਟ ਕਿਵੇਂ ਲਗਾਇਆ ਜਾ ਸਕਦਾ ਹੈ ਇਹ ਗਰੁੱਪ ਵਿੱਚ ਉਹ ਇੰਡੀਵਿਜੁਅਲ ਵਿੱਚ ਲੱਗੇਗਾ ਸੋ ਇਹ ਰਾਈਟ ਆਨਸਰ ਹੈ ਇਹਦੇ ਵਿੱਚ ਹੈ ਇਹ ਇੰਡੀਵਿਜੁਅਲ ਟੈਸਟ ਹੈ ਇਹ ਰਾਈਟ ਆਨਸਰ ਹੈ ਇਹ ਸਾਰੇ ਗਰੁੱਪ ਟੈਸਟ ਨੇ ਠੀਕ ਮਿਨੇਸੋਟਾ ਇਜ਼ ਰਾਈਟ ਆਨਸਰ ਨੈਕਸਟ ਕੁਐਸਚਨ ਹੈ ਟੂ ਅਸੈਸ ਦਾ ਆਈ ਕਿਊ ਆਫ ਏ ਪਰਸਨ ਫੋਲੋਇੰਗ ਫਾਰਮੂਲਾ ਇਜ਼ ਯੂਜ਼ਡ ਬੜਾ ਮਹਾਨ ਕੁਐਸਚਨ ਹੈ ਬਹੁਤ ਹੀ ਗ੍ਰੇਟ ਮੈਂਟਲ ਏਜ ਓਵਰ ਕਰੋਨੋਲੋਜੀਕਲ ਏਜ ਰਾਈਟ ਆਨਸਰ ਇਨ ਟੂ 100 ਅਸੀਂ ਜਾਣਦੇ ਹਾਂ ਅਕੋਰਡਿੰਗ ਟੂ ਗਾਰਡਨਰ ਸਪੇਸ਼ਲ ਸਪੇਸ ਰਿਲੇਟਡ ਸਪੇਸ ਕਾਹਦੇ ਵਿੱਚ ਹੈ ਬਾਰ ਬਾਰ ਸ਼ਾਮ ਦੀ ਤਾਰੇ ਜ਼ਮੀਨ ਪਰ ਪੇਂਟਿੰਗ ਦੀ ਉਹਦੀ ਗੱਲ ਆਈ ਹੈ ਪੇਂਟਿੰਗ ਪੇਂਟਰ ਰਾਈਟ ਆਨਸਰ ਅਕੋਰਡਿੰਗ ਟੂ ਪਿਆਜੇ ਥਿਊਰੀ ਕੋਗਨੇਟਿਵ ਡਿਵੈਲਪਮੈਂਟ ਹਾਓ ਮੈਨੀ ਸਟੇਜਿਸ ਵਾਹ ਵਾਹ ਕਮਾਲ ਹੋ ਗਈ ਵੀ ਬੱਲੇ ਬੱਲੇ ਹੋ ਗਈ ਅਗਰ ਇਸ ਕੁਐਸਚਨ ਕਾ ਜਵਾਬ ਦੇ ਦੋਗੇ ਤੋ ਆਪ ਟੀਚਰ ਨਹੀਂ ਆਪਕੋ ਆਈਐਸ ਆਫਿਸਰ ਲਗਾ ਦੇਣਾ ਚਾਹੀਏ ਨਾ ਕਿਆ ਬਾਤ ਹੈ ਐਸੇ ਹਮਾਰੇ ਮਹਾਨ ਕੁਐਸਚਨ ਪੁੱਛੇ ਜਾ ਰਹੇ ਹੈ ਔਰ ਐਸੇ ਹਮ ਬਤਾ ਰਹੇ ਹੈ ਚਲੋ ਇਸ ਬਾਤ ਕੋ ਛੋੜੋ ਫਿਰ ਮੈਂ ਹਿੰਦੀ ਚ ਆ ਗਿਆ ਓਕੇ ਵਿਚ ਆਫ ਦੀ ਫੋਲੋਇੰਗ ਵਾਸ ਦਾ ਫਸਟ ਆਰਗਨਾਈਜ਼ਡ ਅਰਲੀ ਚਾਈਲਡਹੁੱਡ ਐਜੂਕੇਸ਼ਨਲ ਮੈਥਡ ਦੇਖੋ ਜੇ ਮੈਥਡ ਦੀ ਗੱਲ ਕਰਨੀ ਹੈ ਤੇ ਮੋਂਟੈਸਰੀ ਮੈਥਡ ਹੈ ਕਿੰਡਰਗਾਰਟਨ ਮੈਥਡ ਨਹੀਂ ਹੈ ਕਿੰਡਰਗਾਰਟਨ ਇਹਨਾਂ ਨੇ ਚਿਲਡਰਨ ਹਾਊਸ ਉਹਦਾ ਸਕੂਲ ਦਾ ਨਾਮ ਰੱਖਿਆ ਸੀ ਜੇ ਇਹਨਾਂ ਨੇ ਚਿਲਡਰਨ ਗਾਰਡਨ ਰੱਖਿਆ ਸੀ ਉਸਨੂੰ ਕਿੰਡਰਗਾਰਟਨ ਕੇ ਜੀ ਕਿਹਾ ਜਾਂਦਾ ਸੀ ਕੇ ਜੀ ਇਜ਼ ਨੋਟ ਏ ਮੈਥਡ ਮੈਥਡ ਮੋਂਟੈਸਰੀ ਹੀ ਹੈ ਹੁਣ ਐਗਜ਼ਾਮੀਨਰ ਦੇ ਦਿਮਾਗ ਵਿੱਚ ਕੀ ਹੈ ਇਹ ਅਸੀਂ ਕਹਿ ਨਹੀਂ ਸਕਦੇ ਕ੍ਰਿਟੀਕਲ ਐਨਾਲਿਸਿਸ ਕਰਨਾ ਹੋਵੇ ਤਾਂ ਰਾਈਟ ਆਨਸਰ ਇਜ਼ ਮੋਂਟੈਸਰੀ ਓਕੇ ਆਊਟ ਆਫ ਦੀ ਫੋਲੋਇੰਗ ਵਿਚ ਸਕੂਲ ਸਪੋਰਟ ਪ੍ਰੋਗਰੈਸਿਵ ਐਜੂਕੇਸ਼ਨ ਵਾਹ ਬਹੁਤ ਗ੍ਰੇਟ ਲੈਬੋਰਟਰੀ ਸਕੂਲ ਅਸੀਂ ਜਾਣਦੇ ਹਾਂ ਕਿ ਸਭ ਤੋਂ ਪਹਿਲਾਂ ਪਿੱਛੇ ਪਹਿਲਾ ਕੁਐਸਚਨ ਜਿਹੜਾ ਹੈ ਦੇਖੋ ਉਹਦਾ ਕਲੂ ਇੱਥੇ ਪਿਆ ਹੋਇਆ ਹੈ ਜਾਂ ਇਹਦਾ ਕਲੂ ਉੱਥੇ ਪਿਆ ਹੋਇਆ ਹੈ ਇਸ ਲਈ ਪੇਪਰ ਵਿੱਚ ਇਸ ਤਰ੍ਹਾਂ ਵੀ ਆਨਸਰ ਬਣੇ ਬਣਾਏ ਮਿਲ ਜਾਂਦੇ ਹਨ ਅੱਗੇ ਚੱਲਦੇ ਹਾਂ ਨੌਵਾਂ ਕੁਐਸਚਨ ਚਿਲਡਰਨ ਹੈਵ ਮੈਨੀ ਸੋਰੀ ਚਿਲਡਰਨ ਮੇ ਹੈਵ ਡਿਫੀਕਲਟੀ ਇਨ ਰੀਡਿੰਗ ਰੀਡਿੰਗ ਕਿੱਦਾਂ ਕਰਨੀ ਆ ਅੱਖਾਂ ਨਾਲ ਕਰਨੀ ਆ ਤਾਂ ਵਿਜ਼ੂਅਲ ਡਿਫੈਕਟਸ ਹੋ ਗਿਆ ਨਾ ਸਿੰਪਲ ਵਿਚ ਆਫ ਦੀ ਫੋਲੋਇੰਗ ਇਜ਼ ਨੋਟ ਨੋਟ ਨੂੰ ਅੰਡਰਲਾਈਨ ਕਰੋ ਇਸ ਦਾ ਕੰਡੀਸ਼ਨ ਆਫ ਪ੍ਰਮੋਟਿੰਗ ਵਧਾਉਣੀ ਹੈ ਮੋਟੀਵੇਸ਼ਨ ਘਟਾਉਣੀ ਨਹੀਂ ਹੈ ਡਿਸਕਰੇਜਿੰਗ ਘਟਾ ਰਿਹਾ ਹੈ ਠੀਕ ਹੈ ਇਹ ਨੋਟ ਹੈ ਇਹ ਰਾਈਟ ਆਨਸਰ ਹੋ ਗਿਆ ਓਕੇ ਸ਼ੀਟ ਅੱਗੇ ਕਰ ਲਈਏ ਹਾਂ ਵਰਡ ਇਮੋਸ਼ਨ ਇਜ਼ ਡਰਾਈਵਡ ਫਰੋਮ ਦੇਖੋ ਕਿੰਨੇ ਉੱਚੇ ਮਹਾਨ ਕੁਐਸਚਨ ਪੁੱਛੇ ਜਾ ਰਹੇ ਹੈ ਬੱਲੇ ਬੱਲੇ ਹੈ ਹੁਣ ਬਸ ਆਪਾਂ ਵੀ ਫਿਨਲੈਂਡ ਵਾਂਗ ਫਸਟ ਵਰਲਡ ਦਾ ਪੰਜਾਬ ਬਣਾ ਦੇਣਾ ਇੰਨੇ ਅੱਛੇ ਟੀਚਰ ਚੁਣਨੇ ਹੈ ਇਮੋਵੇਬਰ ਦੇਖੋ ਜੀ ਲੇਟਿਨ ਵਰਡ ਬੀਐਡ ਡੀਐਲਐਡ ਚ ਤੁਸੀਂ ਪੜ੍ਹਿਆ ਹੈ ਬਾਰ ਬਾਰ ਜਨਰਲੀ ਫ੍ਰੈਂਚ ਜਾਂ ਇਹਨਾਂ ਸ਼ਬਦਾਂ ਚੋਂ ਆ ਦੇਖੋ ਕਿੰਨੇ ਪੂਅਰ ਡਿਸਟ੍ਰਕਟਰ ਹਨ ਚਲੋ ਬਾਅਦ ਵਿੱਚ ਗੱਲ ਕਰਾਂਗੇ ਰਾਈਟ ਆਨਸਰ ਇੱਥੇ ਇਹ ਹੈ ਅਕੋਰਡਿੰਗ ਟੂ ਰੋਬਰਟ ਸਟਰਨਬਰਗ
थ्री डिफरेंट टाइप्स ऑफ इंटेलिजेंस, वेग क्वेश्चन, अनक्लियर क्वेश्चन, क्योंकि उन्होंने क्रिएटिव इंटेलिजेंस एक दिता सी, एनालिटिकल इंटेलिजेंस दिता सी, प्रैक्टिकल इंटेलिजेंस और क्रिएटिव इंटेलिजेंस। अच्छा, क्रिएटिव इंटेलिजेंस एक्सपीरियंशियल इंटेलिजेंस भी कहा जाता सी, ओदी जगह ते ऑब्जरवेशन जां इसनू लिया जा सकता है। सो ये क्वेश्चन मेरे मुताबिक वेग है, मैनू ये क्लीयर नहीं है कि वो की पूछना चाहते हैं कि थ्री टाइप्स ऑफ इंटेलिजेंस रिक्वायर्ड इंटेलिजेंस, लेकिन इंटेलिजेंस आई सी एनालिटिकल, प्रैक्टिकल एंड क्रिएटिव। क्रिएटिव नू ऑब्जरवेशनल असी हाँ कह सकते हाँ, मेरे मुताबिक ज्यादा राइट आंसर यह बनता है, हाँ मैं गलत हो सकता हाँ। अगे चलते हाँ, अष्टावक्र एक ग्रेट स्कॉलर असीं जानदे हाँ, अष्टावक्र शायद राजा जनक जी ने कहा सी कि मैनू कौन सच्चा ज्ञान करवा सकता है, ते कोई भी उस वक्त दे जो साधु हुंदे सन वो नहीं करवा सके सन, ते लास्ट ते अष्टावक्र जदों उन्हां दे कोल आए सन ते सारे साधु हस पए सन ये देख के, क्योंकि उन्हां दा शरीर अठ जगह तो विंगा सी, टेढ़ा सी। अष्टा मीन अठ, वक्रा मीन विकार, शरीर दे विकार सन, लेकिन उस स्पिरिचुअली स्ट्रोंग एक बड़े महान संत सन जिन्होंने राजा जनक नू शायद राजा जनक नू, मैं गलत भी हो सकता हाँ, ज्ञान दिता सी। सो अठ विकार अंगा विच हन से ए राइट आंसर ऑर्थोपेडिक हो गया। अकॉर्डिंग टू टर्मन गिफ्टड चिल्ड्रन आर सुपीरियर, तिना विच है इंटरनेट ते साफ ही क्वेश्चन दा आंसर पिया होया है, बहुत महान अपा क्वेश्चन डिस्कस कर रहे हैं, मैं बड़ा अच्छा फील हो रहा है कि मैं पी एस टेट दे एडे महान। अच्छा, एनी कंटीन्यूअस 15वां क्वेश्चन है, चेंज विच फॉलो ए पैटर्न। देखो पैटर्न मोस्टली असं जानते हैं डिवेलपमेंट का है, लेकिन स्केलेटन मैच्योरेशन, बायोलॉजिकल मैच्योरेशन और ग्रोथ के पैटर्न की भी कितने कितने गल मिलती है, इसलिए ऑल ऑफ द अबव राइट आंसर इतने मनिया जा सकता है। अकॉर्डिंग टू प्रिंसिपल ऑफ सिफेलोकॉडल, देखा सी जिथे सिफेलो आवे सिर तो पैरां वल, सिर तो पैरां वल बच्चा इधर डिवेलप हुंदा, पहला सिर नू कंट्रोल करता है, फिर इस अंग नू इस अंग नू डाउनवर्ड आंदा, लास्ट ते पैरां नू उस पैरां दी उंगलां नू, इत्थे फिर हैड इज दी राइट आंसर। नेक्स्ट क्वेश्चन है साडे कोल, ट्रस्ट वर्सिज मिसट्रस्ट, ट्रस्ट तो ही याद आ जांदा है मैनू कि जदों बच्चा जन्म लैंदा है जे उहनू कंफर्ट जोन मिलदा है ते इस उस शख्स ते ट्रस्ट करता है, उस वर्ल्ड ते ट्रस्ट करता है जिहड़ा पहले बर्थ तो डेढ़ साल तक है। राइट आंसर ये है, हु सेड दैट डिवेलपमेंट ऑफ एन इंडिविजुअल इज द रिजल्ट ऑफ इंटरैक्शन ऑफ हिज सोशल एनवायरमेंट। देखो एरिकसन नू इत्थे चक रहे हैं, एरिकसन एकदम थ्योरी पढ़ी है, नाल नाल उसने क्वेश्चन पाते हैं, सिलेबस किन्ना कंसर्न किया इन्हां महान आत्माओं ने जिहड़े साडे पंजाब नू इन्ने अच्छे अच्छे क्वेश्चन दे रहे हैं। राइट आंसर है एरिकसन, असीं जानते हाँ पिछले च भी क्लीयर सी। अगे चलिए, कोलबर्ग डिफाइंड मॉरल डिवेलपमेंट, मेरी बुक विच फर्स्ट लाइन ये लिखी हुई है, फर्स्ट पैरा च जस्टिस, वैसे मोरालिटी का मतलब होंगे वट इज गुड और बैड, पर उसने जो डिलामा दिता सी उहदे विचों देखता है चोरी ना करके या चोरी करके तुसी जस्टिस किसनू मानते हो, इसलिए उसका डिलेमा काफी उत्ते तक ले गया से, लेकिन सिक्स्थ स्टेज तक वो भी नहीं पहुंच सके सन। अकॉर्डिंग टू पियाजे विच एज इज करैक्टराइज्ड बाय एब्सेंस ऑफ लैंग्वेज, क्या बात है, इतने पियाजे की पूछन की गल है, लैंग्वेज लैंग्वेज तो हर जगह है, सिर्फ शुरू च लैंग्वेज की कमी होंगी है, सेंसरी मोटर यार, मतलब मैं लगता थ्यूरी पढ़न तो बिना ही वह आंसर दे दोगे, हू डिवेलप द कंसैप्ट ऑफ मैंटल एज, मैं उहदे विच भी डिस्कस किया होया सी। देखो पियाजे का किसी ना कोई लेना देना कितने दिखाई दे रहा है, कुछ डिस्ट्रक्टर का अच्छे पा दो, कोई टर्मन लिख दो, चलो इस बात से डिस्कस करांगे। अकॉर्डिंग टू हरलॉक डिवेलपमेंट की डेफिनेशन है असीं जानते हाँ, प्रोग्रेसिव सीरीज ऑफ बी एड च डी एल एड च तुसीं बार बार ये डेफिनेशन पढ़ते हो हरलॉक की बुक, जिस सारे लगभग अच्छे क्वेश्चन बनने हैं तो पेपर सैट रहो हरलॉक पढ़ो। ओके डेवलपमेंट नेक्स्ट है ये इत्थे, अकॉर्डिंग टू होम लैंग्वेज इज द मोस्ट इंपॉर्टेंट साइकोलॉजिकल टूल, ठीक है वाइगास्की, वाइगास्की ने लैंग्वेज लैंग्वेज, देखो लैंग्वेज होएगी तो सोशल इंटरेक्शन होएगा ना,
सिंपल गल सोशल इंटरेक्शन और इशारे नाल होना है अकॉर्डिंग टू वाइगोत्स्की विच देखो वाइगोत्स्की विच टाइप ऑफ स्पीच इज यूज टू इंटेंशनल एक्शन इंटेंशनल एक्शन वो होंगे ने जो प्लैंड ने ठीक है तुसी प्लान करते हो सोच समझ के करते हो देखो जी ईगोसेंट्रिक स्पीच सी प्याजे का शब्द सी प्याजे का ठीक है हुण ये नहीं पता कि ये की कहना चाहते हैं पूछना की चाहते हैं वैसे इंटेंशनल एक्शन ਲਈ ਜਿਹੜੀ ਸੀ ਪ੍ਰਾਈਵੇਟ ਸਪੀਚ ਠੀਕ ਹੈ ਔਰ ਪ੍ਰਾਈਵੇਟ ਸਪੀਚ ਹੀ ਸੇਮ ਕੰਮ ਕਰ ਰਹੀ ਹੈ ਸੈਲਫ ਗਾਈਡੈਂਸ ਲਈ ਸੈਲਫ ਥਿੰਕਿੰਗ ਨੂੰ ਗਾਈਡ ਕਰਨ ਲਈ ਪਰ ਉਹ ਜਦੋਂ ਸਾਊਂਡ ਬੰਦ ਹੋ ਜਾਂਦੀ ਹੈ ਉਸਨੂੰ ਇਨਰ ਸਪੀਚ ਕਹਿੰਦੇ ਨੇ ਕੰਮ ਦੋਨੇ ਸੇਮ ਕਰ ਰਹੇ ਦੋਨੇ ਇੰਟੈਂਸ਼ਨਲ ਨੇ ਠੀਕ ਹੈ ਤੁਸੀਂ ਅਨ ਇੰਟੈਂਸ਼ਨਲੀ ਸੋਸ਼ਲੀ ਨਹੀਂ ਬੋਲਦੇ ਸੋ ਆਲ ਆਫ ਦੀ ਅਬਵ ਇਜ਼ ਦ ਰਾਈਟ ਆਨਸਰ ਮੇਰੇ ਮੁਤਾਬਕ ਆਲ ਆਫ ਦੀ ਅਬਵ ਠੀਕ एक कॉमन मिस डायग्नोसिस मैनूं एक क्वेश्चन नहीं समझ आया की पूछना चाहते हैं मैनूं सच्ची नहीं समझ आया एक कॉमन मिस डायग्नोसिस ऑफ गिफ्टडनेस मेरे ख्याल च ऑल ऑफ द अबव ला दिता जाए कि मिसकनसैप्शन नहीं गिफ्टड बड़े शार्प इंटेलीजेंट परसैप्शन अच्छी और हाँ यह हो सकता है कि जदों ਉਹਨਾਂ ਨੂੰ ਅਟੈਂਡ ਨਹੀਂ ਕੀਤਾ ਜਾਂਦਾ ਉਹਨਾਂ ਨੂੰ ਕਲਾਸ ਦੇ ਨੋਰਮਲ ਕਲਾਸ 'ਚ ਪੜ੍ਹਾਇਆ ਜਾਂਦਾ ਹੈ ਤਾਂ ਬੜੇ ਹੀ ਹਾਈਪਰ ਐਕਟਿਵ ਹੋ ਜਾਂਦੇ ਆ ਠੀਕ ਹੈ ਪਰ ਅਟੈਂਸ਼ਨ ਸਪੈਨ ਉਹਨਾਂ ਦਾ ਆਲ ਆਫ ਅਬਵ ਹੋ ਸਕਦਾ ਹੈ ਮਤਲਬ ਕੁਐਸਚਨ ਨਹੀਂ ਪਤਾ ਲੱਗ ਰਿਹਾ ਪੁੱਛਣਾ ਕੀ ਚਾਹ ਰਹੇ ਆ ਓਕੇ ਆਊਟ ਆਫ ਦ ਫੋਲੋਇੰਗ ਵਿਚ ਇਜ਼ ਨੋਟ ਆਰਥੋਪੈਡਿਕ ਹੈਂਡੀਕੈਪਟ ਕੈਟਾਗਰੀ ਠੀਕ ਹੈ ਪੋਲੀਓ ਸਾਨੂੰ ਸਾਰਿਆਂ ਨੂੰ ਪਤਾ ਹੈ ਯੈਸ ਸੈਰੀਬ੍ਰਲ ਪਾਲਸੀ ਮੋਟਰ ਕੋਆਰਡੀਨੇਸ਼ਨ ਜਿਹੜੀ ਹੈ ਨਾ ਉਹਦੇ 'ਚ ਆ ਜਾਂਦੀ ਹੈ ਬ੍ਰੇਨ ਇੰਜਰੀ ਕਰਕੇ ਕਈ ਵਾਰੀ ਇਹ ਹੋ ਜਾਂਦੀ ਹੈ ਸੋ ਬਲਾਈਂਡਨੈਸ ਵਿਜ਼ਨ ਨਾਲ ਹੈ ਰਾਈਟ ਆਨਸਰ ਇਹ ਹੋਇਆ ਬਲ ਬਲਾਈਂਡਨੈਸ ਯਹਾਂ ਪਰਟੀਕੁਲਰ ਕਰ ਦੂੰ ਲੇ ਰਹਾ ਓਕੇ ਜਨਸ਼ਾਲਾ ਪ੍ਰੋਗਰਾਮ ਕੋਈ ਵੀ ਪ੍ਰੋਗਰਾਮ ਇੱਕ ਕੈਟਾਗਰੀ ਲਈ ਕਿੱਥੇ ਬਣਦਾ ਹੈ ਕਿੱਡਾ ਮਹਾਨ ਕੁਐਸਚਨ ਬਣ ਗਿਆ ਹੈ ਕਿੱਥੇ ਗਿਆ ਹਾਂ ਜਨਸ਼ਾਲਾ ਪ੍ਰੋਗਰਾਮ ਮਾਰਜਨਲਾਈਜ਼ਡ ਇਹ ਵੀ ਮਾਰਜਨਲਾਈਜ਼ ਨੇ ਕਿਆ ਮਤਲਬ ਪਤਾ ਨਹੀਂ ਕਿਆ ਕਰਨਾ ਚਾਹਤੇ ਹੋ ਆਲ ਆਫ ਦਿਸ ਇਜ਼ ਰਾਈਟ ਆਨਸਰ ਜੀ ਐਜੂਕੇਸ਼ਨਲ ਟ੍ਰੀਟਮੈਂਟ ਆਫ ਦੇਖੋ ਕਿਤਨੀ ਗ੍ਰੇਟ ਆਪਸ਼ਨ ਨਾਸਾ ਸਾਥ ਮੇਂ ਡਾਲੀ ਗਈ ਹੈ ਨਾ ਰਾਈਟ ਆਨਸਰ ਬੋਥ ਇਹ ਇੰਡੀਵਿਜੁਅਲ ਕੇਅਰ ਐਂਡ ਅਟੈਂਸ਼ਨ ਕੇਅਰ ਔਰ ਅਟੈਂਸ਼ਨ ਮੇਂ ਕਿਆ ਫਰਕ ਰਹੇਗਾ ਵੀ ਕਿਤਨਾ ਫਰਕ ਰਹੇਗਾ ਔਰ ਮਤਲਬ ਹੂ ਇਜ਼ ਦੀ ਆਥਰ ਆਫ ਬੁੱਕ ਥਾਟ ਐਂਡ ਲੈਂਗੁਏਜ ਸਾਨੂੰ ਪਤਾ ਹੈ ਕਿ ਗਿਲਫਰਡ ਨੇ ਲੈਂਗੁਏਜ 'ਤੇ ਕੋਈ ਕੰਮ ਨਹੀਂ ਹੈ ਕੀਤਾ ਪਿਆਜੇ ਲੈਂਗੁਏਜ ਨੂੰ ਮੰਨਦਾ ਹੀ ਨਹੀਂ ਸੀ ਸਿੰਪਲ ਤੁੱਕਾ ਵੀ ਮਾਰਨਾ ਹੋਵੇ ਤਾਂ ਵਾਇਗੋਤਸਕੀ ਵੱਲ ਜਾ ਰਿਹਾ ਹੈ ਠੀਕ ਹੂ ਇਜ਼ ਨੋਨ ਐਜ਼ ਫਾਊਂਡਰ ਆਫ ਡਿਫਰੈਂਸ਼ੀਅਲ ਸਾਈਕੋਲੋਜੀ ਦੇਖੋ ਇਹਦੇ ਆਪਸ਼ਨ ਕਿੰਨੇ ਪੂਅਰ ਨੇ ਬੀਨੇ ਔਰ ਚਲੋ ਰਾਈਟ ਆਨਸਰ ਗੈਲਟਨ ਹੈ ਇਹ ਗੱਲਾਂ ਦੂਸਰੇ ਐਨਾਲਿਸਿਸ 'ਚ ਕਰਾਂਗੇ ਸੋ ਇਹ ਸੀ ਬੜਾ ਦੁੱਖ ਹੋਇਆ ਇਸ ਤਰ੍ਹਾਂ ਦਾ ਪੇਪਰ ਦੇਖ ਕੇ ਮੈਂ ਐਕਸਪੈਕਟ ਕਰਦਾ ਸੀ ਮਿਨੀਮਮ ਅੰਡਰਸਟੈਂਡਿੰਗ ਲੈਵਲ ਦੇਖ ਤਾਂ 10% ਕੁਐਸਚਨ ਹੋਣਗੇ ਲੇਕਿਨ ਇੱਕ ਵੀ ਕੁਐਸਚਨ ਅਸੀਂ ਐਪਲੀਕੇਸ਼ਨ ਲੈਵਲ ਦਾ ਕੁਐਸਚਨ ਹੀ ਨਹੀਂ ਸੋਚ ਸਕੇ ਅਤੇ ਅਸੀਂ ਐਪਲੀਕੇਸ਼ਨ ਲੈਵਲ ਦੇ ਤੋਂ ਦੋ ਗੁਣਾ ਉੱਪਰ ਜਾ ਕੇ ਬਲੂਮ ਟੈਕਸੋਨਮੀ ਅਤੇ ਕ੍ਰੀਏਟਿਵ ਟੀਚਰ ਕਿਸ ਤਰ੍ਹਾਂ ਚੁਣਾਂਗੇ ਸੋ ਨਹੀਂ ਚੁਣ ਸਕਦੇ ਸੋ ਏਮ ਆਫ ਪੀ ਐੱਸ ਟੈਟ ਇਜ਼ ਆਈ ਅਕੋਰਡਿੰਗ ਟੂ ਮੀ ਫੇਲੀਅਰ ਤੁਸੀਂ ਜ਼ਰੂਰ ਪਾਸ ਲੱਗੇਗਾ ਕਿਉਂਕਿ ਚਲੋ ਜੋ ਵੀ ਹੈ ਬੜਾ ਦੁੱਖ ਹੋਇਆ ਵੈਰੀ ਸੈਡ